ਤੁਹਾਨੂੰ ਰਿਪਲੇਸ ਕਰ ਦਿੱਤਾ ਗਿਆ ਸੀ ਜਾਂ ਫਿਰ ਤੁਹਾਡੇ ਕੋਈ ਆਪਣੇ ਨਿੱਜੀ ਕਾਰਨ ਰਹੇ ਨੇਗੇ ਇੰਨੇ ਲੰਬੇ ਗੈਪ 'ਤੇ? ਕੁਛ ਨਹੀਂ, ਪਰਸਨਲ ਲਾਈਫ 'ਚ ਬਸ ਬਿਜ਼ੀ ਕਹਿ ਸਕਦੇ ਹੋ ਤੁਸੀਂ। ਅਤੇ ਫਿਲਮ 'ਤੇ ਸੈੱਟ 'ਤੇ ਕਿੱਦਾਂ ਦਾ ਮਾਹੌਲ ਰਿਹਾ? ਸੋ ਜਦ ਆਪਾਂ ਸ਼ੂਟ 'ਤੇ ਗਏ ਤਾਂ ਉੱਥੇ ਮਾਹੌਲ ਤਾਂ ਬਹੁਤ ਹੀ ਸੋਹਣਾ ਸੀ, ਮੈਨੂੰ ਨਹੀਂ ਸਮਝ ਆਈ ਉਹ ਕੀ ਸੀਗਾ। ਅਤੇ ਇਹ ਕਮਬੈਕ ਦਾ ਕਿੱਦਾਂ ਸੋਚਿਆ? ਸੋ ਉਹਨਾਂ ਨੇ ਜਦ ਮੈਨੂੰ ਸਟੋਰੀ ਸਾਰੀ ਸੁਣਾਈ ਤਾਂ ਮੈਨੂੰ ਬਹੁਤ ਹੀ ਵਧੀਆ ਲੱਗੀ। ਸੋ ਮੈਨੂੰ ਲੱਗਦਾ ਸੀ ਮੈਂ ਕੁਝ ਇਹੋ ਜਿਹਾ ਹੀ ਕਰਨਾ ਚਾਹੁੰਦੀ ਸੀ, ਸਮਝਾ ਕੇ ਪ੍ਰੋਪਰ ਕਰੈਕਟਰ ਨੂੰ, ਫੇਰ ਹੀ ਮੈਨੂੰ ਔਨ ਸੈੱਟ ਮੈਂ ਜਾਂਦੀ ਸੀ। ਐਕਚੁਲੀ ਉਹੀ ਇੱਕ ਰੀਜ਼ਨ ਹੈ ਮੇਰਾ ਕਮਬੈਕ ਕਰਨ ਦਾ। Press the bell icon and never miss a video from newsnumber.com. ਨਿਊਜ਼ ਨੰਬਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਇੱਕ ਵਾਰ ਫਿਰ ਤੋਂ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਰੰਗ ਪੰਜਾਬ ਦੇ। ਅੱਜ ਅਸੀਂ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਉਹਨਾਂ ਨੇ ਸ਼ੌਂਕੀਆ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ ਅਤੇ ਹੁਣ ਉਹ ਸਾਨੂੰ 28 ਦਸੰਬਰ ਨੂੰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। 200 ਪੰਜਾਬੀ ਗੀਤਾਂ ਦੀ ਮਾਡਲ ਰਹਿ ਚੁੱਕੀ ਕਮਲ ਖੁੰਗੜਾਜ ਸਾਡੇ ਨਾਲ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰਿਆਂ ਨੂੰ, ਮੇਰੇ ਵੱਲੋਂ। ਨਿਊਜ਼ ਨੰਬਰ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ? ਬਹੁਤ ਵਧੀਆ। ਅਤੇ ਅੱਜ ਬਹੁਤ ਚੰਗਾ ਲੱਗ ਰਿਹਾ ਟੀਵੀ ਤੋਂ ਬਾਅਦ ਤੁਹਾਨੂੰ ਮਤਲਬ ਬਿਲਕੁਲ ਸਾਹਮਣੇ ਦੇਖ ਕੇ, ਅਤੇ ਅਸੀਂ ਉਸ ਟਾਈਮ ਦੀ ਵੀ ਤੁਹਾਡੀ ਆਡੀਅੰਸ ਰਹੇ ਹਾਂ ਜਦੋਂ ਅਸੀਂ ਗੀਤਾਂ ਦੇ ਵਿੱਚ ਟੈਲੀਵਿਜ਼ਨ 'ਤੇ ਤੁਹਾਨੂੰ ਦੇਖਦੇ ਸੀ ਅਤੇ ਹਰ ਤੀਜੇ ਪੰਜਾਬੀ ਗੀਤ ਦੇ ਵਿੱਚ ਤੁਸੀਂ ਨਜ਼ਰ ਆਉਂਦੇ ਸੀਗੇ ਜੀ। ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਇੰਨੇ ਵੱਡੇ ਗੈਪ ਦਾ ਰੀਜ਼ਨ ਕੀ ਰਿਹਾ, ਕਿਉਂਕਿ ਬਹੁਤ ਹੋਰ ਵੀ ਤੁਹਾਡੇ ਜਿਹੜੇ ਸਮਕਾਲੀਨ ਉਸ ਟਾਈਮ ਦੇ ਮਾਡਲ ਸੀਗੇ, ਹਾਂਜੀ, ਉਹ ਇੱਕਦਮ ਹੀ ਡਿਸਅਪੀਅਰ ਹੋਣਾ ਸ਼ੁਰੂ ਹੋ ਗਏ ਜਦੋਂ ਸਾਡੇ ਸਿੰਗਰਾਂ ਨੇ ਆ ਕੇ ਫੀਚਰਿੰਗ ਕਰਨੀ ਸ਼ੁਰੂ ਕਰ ਦਿੱਤੀ, ਹੈ ਨਾ? ਹਾਂਜੀ ਹਾਂਜੀ। ਸੋ ਤੁਹਾਡਾ ਵੀ ਇਹੀ ਰੀਜ਼ਨ ਸੀਗਾ ਕਿ ਤੁਹਾਨੂੰ ਰਿਪਲੇਸ ਕਰ ਦਿੱਤਾ ਗਿਆ ਸੀ ਜਾਂ ਫਿਰ ਤੁਹਾਡੇ ਕੋਈ ਆਪਣੇ ਨਿੱਜੀ ਕਾਰਨ ਰਹੇ ਨੇਗੇ ਇੰਨੇ ਲੰਬੇ ਗੈਪ 'ਤੇ? ਨਹੀਂ, ਇੱਦਾਂ ਦਾ ਕੁਛ ਨਹੀਂ ਸੀਗਾ, ਗੈਪ ਕੁਛ ਇੱਦਾਂ ਨਹੀਂ ਸੀਗਾ ਕਿ ਗੈਪ ਪਾਇਆ ਮੈਂ ਕੁਛ। ਐਕਚੁਲੀ ਮੈਂ ਥੋੜ੍ਹਾ ਆਪਣੀ ਸਟੱਡੀਜ਼ ਵੱਲ ਹੋ ਗਈ ਸੀਗੀ ਕਾਲਜ ਆਉਂਦੀ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਸ਼ੌਂਕੀਆ ਤੌਰ 'ਤੇ ਸੀਗੀ। ਸੋ ਮੇਰੀ ਸਟੱਡੀਜ਼ ਵਗੈਰਾ ਸਭ ਮੈਂ ਮੇਰੀ ਪ੍ਰਾਇਓਰਟੀਜ਼ ਕਹਿ ਸਕਦੇ ਹੋ ਤੁਸੀਂ, ਹੈ ਨਾ? ਅਤੇ ਉਸ ਕਰਕੇ ਗੈਪ ਕਦੇ ਨਹੀਂ ਮੈਂ ਪਾਇਆ, ਮੈਂ ਘੱਟ ਕਰਤੇ ਸੀਗੇ। ਐਕਚੁਲੀ ਮੈਂ ਕਹਿ ਸਕਦੇ ਕਿ ਮੈਂ ਘੱਟ ਸ਼ੂਟਸ 'ਤੇ ਜਾ ਰਹੀ ਸੀ, ਘੱਟ ਸੌਂਗਸ ਕਰ ਰਹੀ ਸੀ, ਤਾਂ ਉਹ ਮੇ ਬੀ ਹੌਲੀ ਹੌਲੀ ਕਹਿ ਸਕਦੇ ਹਾਂ ਕਿ ਉਹ ਨਜ਼ਰ ਮੈਂ ਆਉਣਾ ਘੱਟ ਹੋ ਗਈ ਸੀਗੀ। ਸੋ ਐਸ ਸੱਚ ਮੇਰਾ ਕੋਈ ਇੰਨਾ ਕੋਈ ਗੈਪ ਨਹੀਂ ਰਿਹਾ ਹੈਗਾ ਜੀ, ਅਤੇ ਕੁਛ ਆਪਣੀ ਪਰਸਨਲ ਲਾਈਫ 'ਚ ਬਸ ਬਿਜ਼ੀ ਕਹਿ ਸਕਦੇ ਹੋ ਤੁਸੀਂ ਜੀ। ਅਤੇ ਤੁਹਾਡੀ ਇੰਟਰਵਿਊ ਤਿਆਰ ਕਰਨ ਦੇ ਲਈ ਮੈਂ ਲੱਭ ਰਹੀ ਸੀ ਵੀ ਕੁਛ ਮੈਨੂੰ ਵਧੀਆ ਕੋਈ ਇੰਟਰਵਿਊ ਮਿਲੇ, ਪਰ ਕੋਈ ਖਾਸ ਐਡੀ ਐਕਸਕਲੂਸਿਵ ਇੰਟਰਵਿਊ ਪਈ ਨਹੀਂ ਸੀਗੀ। ਅਤੇ ਮੈਂ ਚਾਹੂੰਗੀ ਕਿ ਪਹਿਲੀ ਵਾਰੀ ਤੁਸੀਂ ਅੱਜ ਸਾਡੇ ਨਿਊਜ਼ ਨੰਬਰ ਦੇ ਰਾਹੀਂ ਦਰਸ਼ਕਾਂ ਨੂੰ ਦੱਸੋ, ਸ਼ੌਂਕੀਆ ਤੌਰ 'ਤੇ ਭਾਵੇਂ ਹੋਈ ਹੋਵੇ, ਹਾਂਜੀ, ਪਰ ਟੈਲੀਵਿਜ਼ਨ ਦੇ ਨਾਲ ਜਾਂ ਇੰਟਰਟੇਨਮੈਂਟ ਇੰਡਸਟਰੀ ਦੇ ਨਾਲ ਤੁਹਾਡਾ ਜੁੜਨਾ ਕਿੱਦਾਂ ਹੋਇਆ? ਕਿਉਂਕਿ ਅੱਜ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਅਗਰ ਕੋਈ ਵੈਸੇ ਜਨੂੰਨੀ ਤੌਰ 'ਤੇ ਵੀ ਜੁੜਨਾ ਚਾਹੁੰਦਾ, ਉਹਦੇ ਲਈ ਵੀ ਬੜਾ ਸਟਰਗਲ ਰਹਿੰਦਾ ਹੈ ਜੀ। ਬਿਲਕੁਲ ਬਿਲਕੁਲ। ਪਰ ਫਿਰ ਤੁਸੀਂ ਗੀਤਾਂ ਦੇ ਨਾਲ ਬਤੌਰ ਮਾਡਲ ਜੁੜੇ, ਅਤੇ ਇਹ ਕਿਵੇਂ ਹੋਇਆ ਸੀਗਾ? ਐਕਚੁਲੀ ਮੈਂ ਤਾਂ ਬਹੁਤ ਜ਼ਿਆਦਾ ਛੋਟੀ ਸੀਗੀ ਜਦ ਮੈਂ ਲਾਈਨ ਦੇ ਵਿੱਚ ਐਂਟਰੀ ਕੀਤੀ ਸੀ, ਜਿਹੜਾ ਮੇਰਾ ਪਹਿਲਾ ਹਿੱਟ ਸੀਗਾ। ਤਦ ਮੈਂ ਦੱਸਣਾ ਚਾਹੂੰਗੀ ਕਿ ਸਾਰੇ ਪੁੱਛਦੇ ਨੇ ਵੀ ਤੁਸੀਂ ਇੰਨੇ ਪੁਰਾਣੇ ਹੋ, ਕਈ ਵਾਰੀ ਪੁੱਛਦੇ ਨੇ ਕਿ ਤੁਸੀਂ ਇੰਨੇ ਟਾਈਮ ਤੋਂ। ਤਾਂ ਮੈਂ ਅਸਲ 'ਚ ਜਦ ਮੈਂ 13 ਸਾਲ ਦੀ ਸੀ, ਮੈਂ ਆਪਣਾ ਪਹਿਲਾ ਸੌਂਗ ਕੀਤਾ ਸੀ। ਅੱਛਾ। ਸੋ ਮੈਂ ਬਹੁਤ ਛੋਟੀ ਸੀਗੀ, ਤਾਂ ਕਿਹੜਾ ਗੀਤ ਸੀਗਾ ਮੈਂ ਚਾਹੂੰਗੀ? ਜਿੰਦੇ ਜੱਸੀ ਸੋਲ ਦਾ, ਜਿਹੜਾ ਹਿੱਟ ਗਿਆ ਸੀ ਮੇਰਾ ਪਹਿਲਾ, ਜੋ ਕਿ ਕਹਿ ਲਓ ਵੀ ਰਾਤੋਂ ਰਾਤ ਹਿੱਟ ਕਹਿਣ ਵਾਲੀ ਗੱਲ ਸੀ। ਜੀ 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 ਜੀ। ਸੋ ਜੱਸੀ ਸੋਲ ਜੀ ਦਾ ਸੀਗਾ। ਸੋ ਉਹਨੇ ਬਹੁਤ ਜ਼ਿਆਦਾ ਮੇਰੀ ਲਾਈਫ 'ਚ ਇੱਕ ਚੇਂਜ ਲਿਆਂਦਾ ਉਹ। ਸੋ ਉਹ ਗਾਣਾ ਜਦ ਮੈਂ ਸ਼ੂਟ ਕੀਤਾ ਸੀ, ਉਹ ਇੱਦਾਂ ਨਹੀਂ ਸੀ ਕਿ ਵੀ ਮੈਂ ਕੋਈ ਲਾਈਨ ਦੇ ਵਿੱਚ ਆਉਣਾ ਚਾਹੁੰਦੀ ਸੀ, ਮੇਰਾ ਤਾਂ ਕੋਈ ਪਲਾਨ ਨਹੀਂ ਸੀ। ਮੈਂ ਸਕੂਲ ਵਿੱਚ ਜਿਵੇਂ ਨੋਰਮਲੀ ਡਾਂਸ ਕੰਪੀਟੀਸ਼ਨਸ ਹੁੰਦੇ ਸੀਗੇ, ਉਹਨਾਂ 'ਚ ਪਾਰਟੀਸੀਪੇਟ ਕਰਦੀ ਸੀ, ਕਈ ਵਾਰੀ ਸਕੂਲ ਵੱਲੋਂ ਸਾਨੂੰ ਬਾਹਰ ਵੀ ਸਕੂਲ ਵੱਲੋਂ ਜਾਣਾ ਪੈਂਦਾ ਸੀ ਕਈ ਵਾਰੀ, ਹੈ ਨਾ? ਅਤੇ ਉਹਦੇ ਕਰਕੇ ਅਸੀਂ ਇੱਕ ਵਾਰੀ ਗਏ ਸੀਗੇ, ਮੈਂ ਡਾਂਸ ਕੰਪੀਟੀਸ਼ਨ, ਸਾਰੇ ਸਕੂਲ ਦੇ ਸਾਰੇ ਬੱਚੇ ਸੀ, ਮੈਂ ਵੀ ਸੀ ਉਹਦੇ ਵਿੱਚ, ਤਾਂ ਉੱਥੇ ਕੁਝ ਡਾਇਰੈਕਟਰਸ ਆਏ ਹੋਏ ਸੀਗੇ, ਅਤੇ ਉਹਨਾਂ ਨੇ ਅੱਗੇ ਲਿੰਕ, ਉਹਨਾਂ ਨੇ ਮੇ ਬੀ ਮੇਰਾ ਨੰਬਰ ਲੈ ਕੇ ਮੰਮਾ ਤੋਂ ਲੈ ਕੇ, ਸੋ ਅੱਗੇ ਉਹਨਾਂ ਨੇ ਕਿਤੇ ਕਹਿਤਾ ਹੋਣਾ, ਅਤੇ ਉਹ ਰਿੰਪੀ ਪ੍ਰਿੰਸ ਜੀ ਦਾ ਫਿਰ ਮੈਨੂੰ ਕਾਲ ਆਇਆ। ਅੱਛਾ। ਸੋ ਇਵਨ ਮੈਨੂੰ ਯਾਦ ਆ, ਮੈਂ ਟੀ ਵੀ ਦੇਖ ਰਹੀ ਸੀਗੀ,
ਅਤੇ ਮੈਂ ਟੀ ਵੀ 'ਤੇ ਹਮੇਸ਼ਾ ਦੇਖਦੀ ਸੀ ਉਸ ਟਾਈਮ ਰਿੰਪੀ ਪ੍ਰਿੰਸ ਦੇ ਬਹੁਤ ਜ਼ਿਆਦਾ ਗਾਣੇ ਚੱਲਦੇ ਸੀਗੇ। ਸੋ ਉਹ ਦੇਖਦੇ ਦੇਖਦੇ ਮੈਨੂੰ ਹੁੰਦਾ ਸੀ ਵੀ ਮੈਂ ਵੀ ਗਾਣੇ 'ਚ ਆਉਣਾ, ਪਰ ਮੈਂ ਛੋਟੀ ਸੀ, ਮੈਨੂੰ ਕੁਛ ਆਈਡੀਆ ਨਹੀਂ ਸੀ, ਬਸ ਮੈਨੂੰ ਅੱਛੇ ਲੱਗਦੇ ਸੀਗੇ ਵੀ ਉਹ ਐਕਟਿੰਗ ਕਰਦੇ ਸੀ ਸਾਰੇ ਮਾਡਲਸ ਤੋਂ, ਮੈਂ ਕਿਹਾ ਮੈਂ ਵੀ ਆਉਣਾ। ਅਤੇ ਮੈਨੂੰ ਯਾਦ ਹੈ ਉਹ ਗੱਲ ਦੇ 3 ਦਿਨ ਬਾਅਦ ਹੀ ਮੈਨੂੰ ਸਿੱਧੀ ਰਿੰਪੀ ਪ੍ਰਿੰਸ ਦੀ ਹੀ ਕਾਲ ਆਈ ਸੀਗੀ, ਜੋ ਮੇਰੇ ਲਈ ਬੜਾ ਇੱਦਾਂ ਦਾ ਸੀ ਕਿ ਕਿਵੇਂ ਹੋਇਆ। ਸੋ ਉਹਨਾਂ ਨੇ ਬੁਲਾਇਆ ਕਿ ਆਡੀਸ਼ਨ ਹੈ ਅਤੇ ਇੱਦਾਂ ਇੱਦਾਂ ਕਰਕੇ ਸੌਂਗ ਹੈ। ਸੋ ਇੱਦਾਂ ਮੇਰੀ ਸ਼ੁਰੂਆਤ ਹੋਈ ਸੀਗੀ। ਤਾਂ ਮੈਨੂੰ ਮਤਲਬ ਕੋਈ ਇੱਦਾਂ ਨਹੀਂ ਸੀ ਕਿ ਸਟਰਗਲ, ਯੂ ਨੋ, ਕਿ ਲਾਈਨ 'ਚ ਆਉਣਾ, ਇੱਦਾਂ ਕੁਛ ਨਹੀਂ ਸੀ ਪਲਾਨ। 13 ਸਾਲ ਦਾ ਉਹ ਤਾਂ ਸਾਡੀ ਟੀਨ ਏਜ ਉਦੋਂ ਸ਼ੁਰੂ ਹੋ ਰਹੀ ਹੁੰਦੀ ਹੈ ਨਾ, ਅਤੇ ਉਸ ਟਾਈਮ 'ਤੇ ਇਹਨਾਂ ਚੀਜ਼ਾਂ ਨੂੰ ਸਮਝਣਾ ਤੁਹਾਡੇ ਲਈ ਕਿੰਨਾ ਕੁ ਸੌਖਾ ਸੀ ਜਾਂ ਤੁਹਾਨੂੰ ਲੱਗ ਰਿਹਾ ਸੀ ਇਟਸ ਓਕੇ ਹੋ ਰਿਹਾ ਤਾਂ? ਕੁਛ ਵੀ ਨਹੀਂ ਪਤਾ ਸੀ ਜੀ ਮੈਨੂੰ, ਮੈਂ ਵੀ ਕਹਾਂ ਇਟਸ ਲਾਈਕ ਕਿ ਮੈਨੂੰ ਐਕਟਿੰਗ ਦਾ, ਡਾਂਸ ਦਾ ਬਹੁਤ ਸ਼ੌਂਕ ਸੀਗਾ। ਸੋ ਮੇਰੇ ਲਈ ਉੱਦਾਂ ਹੀ ਜਾ ਕੇ ਗਾਹਾਂ ਜਿਵੇਂ ਉਹ ਸੀ ਰਿੰਪੀ ਪਿੰਜ, ਜਿਹਨਾਂ ਜਿੱਦਾਂ ਉਹਨਾਂ ਨੇ ਮੈਨੂੰ ਸਿਖਾਇਆ, ਅਤੇ ਉਹ ਬੜਾ ਉਹਨਾਂ ਨੇ ਬੱਚਿਆਂ ਵਾਂਗੂ ਜਿਵੇਂ ਬੱਚਿਆਂ ਨੂੰ ਕਦੇ ਬਹੁਤ ਹੀ ਵਧੀਆ ਟ੍ਰੀਟ ਕੀਤਾ, ਉੱਦਾਂ ਹੀ ਉਹਨਾਂ ਨੇ ਸ਼ੂਟ 'ਤੇ ਐਟਮੋਸਫੇਅਰ ਵੀ ਉੱਦਾਂ ਹੀ ਰੱਖਿਆ। ਸੋ ਮੈਨੂੰ ਪਤਾ ਹੀ ਨਹੀਂ ਲੱਗਿਆ ਸ਼ੂਟ ਦਾ ਕੈਮਰੇ ਆ, ਫਸਟ ਟਾਈਮ ਫੇਸ ਕਰਿਆ ਸੀ ਜਦ, ਤਦ ਵੀ ਨਹੀਂ ਪਤਾ ਲੱਗ ਰਿਹਾ ਸੀ ਮੈਨੂੰ, ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਡਾਂਸ ਕੰਪੀਟੀਸ਼ਨ ਹੁੰਦੇ ਸੀ ਪਰਫੋਰਮ ਕਰਨਾ। ਸੋ ਇੱਦਾਂ ਹੀ ਹੋ ਗਿਆ। ਅਤੇ ਐਕਚੁਲੀ ਉਹਨਾਂ ਨੇ ਕੰਫਰਟੇਬਲ ਬਹੁਤ ਰੱਖਿਆ ਹੋਇਆ ਸੀ। ਮੇਨ ਪਾਰਟ ਹੈ ਕਿ ਮੇਰੀ ਮੰਮਾ, ਉਹਨਾਂ ਨੇ ਬਹੁਤ ਨਾਲ ਸਪੋਰਟ ਕੀਤਾ, ਉਹ ਹਮੇਸ਼ਾ ਨਾਲ ਸੀਗੇ। ਉਹ ਇੱਕ ਸ਼ੁਰੂਆਤ ਹੋ ਗਈ ਸੀਗੀ, ਉਸ ਤੋਂ ਬਾਅਦ ਫਿਰ ਤੁਸੀਂ ਇੰਡਸਟਰੀ ਨੂੰ ਕਿਵੇਂ ਦੇਖਣਾ ਸ਼ੁਰੂ ਕੀਤਾ? ਫਿਰ ਉਹ ਇੱਕ ਗਾਣੇ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਮੈਨੂੰ ਸੈਕਿੰਡ ਓਪਰਚੁਨਿਟੀ ਵੀ ਮਿਲਣੀ ਚਾਹੀਦੀ ਆ? ਹਾਂਜੀ, ਐਕਚੁਲੀ ਜਦ ਮੈਂ ਗਾਣਾ ਕੀਤਾ ਮੈਨੂੰ ਤਾਂ ਸ਼ੂਟ ਬਹੁਤ, ਐਕਚੁਲੀ ਮੈਂ ਬਹੁਤ ਇੰਜੋਏ ਕੀਤਾ ਸੀ। ਕਾਫੀ ਵੱਡਾ ਕਰਾਊਡ ਉਸ ਟਾਈਮ, ਕਾਫੀ ਕਰਾਊਡ ਕਹਿ ਸਕਦੇ ਆ, ਡਾਂਸਰਸ ਇੰਨਾ ਜ਼ਿਆਦਾ ਵੱਡਾ ਸਾਡਾ ਟੀਮ ਸੀਗੀ। ਸੋ ਦੇਖ ਕੇ ਬੜਾ ਅੱਛਾ ਲੱਗਿਆ ਸੀ, ਤਾਂ ਮੈਨੂੰ ਸੀ ਕਿ ਮੈਂ ਕਰਨੇ ਆ ਅੱਗੇ ਸੌਂਗਸ। ਐਂਡ ਮੋਰ ਓਵਰ ਉਹਨਾਂ ਨੇ ਨਾਲ ਹੀ ਅੱਗੇ ਅੱਗੇ ਮੈਨੂੰ ਕਹਿਤਾ ਸੀ ਵੀ ਹੁਣ ਨੈਕਸਟ ਸ਼ੂਟ ਆਪਾਂ ਇੱਦਾਂ ਕਰ ਰਹੇ। ਸੋ ਕੰਟੀਨਿਊ ਸ਼ੁਰੂ ਹੋ ਚੁੱਕਿਆ ਸੀ ਉਸ ਟਾਈਮ, ਜਿੱਦਾਂ ਮੈਂ ਸ਼ੂਟ ਕਰ ਰਹੀ ਸੀ ਤਾਂ ਮੈਨੂੰ ਪਤਾ ਸੀ ਕਿ ਹੁਣ ਹਫ਼ਤੇ ਬਾਅਦ ਮੇਰਾ ਇੱਕ ਹੋਰ ਸ਼ੂਟ ਹੈ। ਸੋ ਸ਼ੁਰੂ ਹੋ ਚੁੱਕਿਆ ਸੀ ਕੰਮ ਉਸ ਟਾਈਮ। ਐਜ਼ ਐਨ ਮਾਡਲ ਵੀ ਜਾਂ ਐਜ਼ ਐਨ ਐਕਟਰ ਵੀ ਆਪਾਂ ਕਹਿ ਸਕਦੇ ਹਾਂ ਕਿ ਹੁਣ ਤੱਕ ਤੁਸੀਂ ਆਪਣੇ ਆਪ ਨੂੰ ਕਿੱਦਾਂ ਗਰੂਮ ਕਰਦੇ ਹੋ? ਕਿਉਂਕਿ ਜਦੋਂ ਬੰਦੇ ਦਾ ਇੱਕ ਮਿੱਥਿਆ ਹੋਣ ਦਾ ਟਾਰਗੇਟ ਹੁੰਦਾ ਕਿ ਮੈਂ ਇਸੇ ਹੀ ਪ੍ਰੋਫੈਸ਼ਨ ਦੇ ਵਿੱਚ ਜਾਣਾ, ਤਾਂ ਉਹਦੀ ਪ੍ਰੋਫੈਸ਼ਨ ਦੇ ਵਿੱਚ ਆਉਣ ਤੋਂ 6-7 ਸਾਲ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ, ਪਰ ਤੁਸੀਂ ਬਾਏ ਚਾਂਸ ਆਏ ਹੋ ਇਸ ਪ੍ਰੋਫੈਸ਼ਨ ਦੇ ਵਿੱਚ। ਆਉਣ ਤੋਂ ਬਾਅਦ ਫਿਰ ਤੁਸੀਂ ਤੁਹਾਡੀਆਂ ਕੀ ਆਪਣੇ ਆਪ ਨੂੰ ਲੈ ਕੇ ਤਿਆਰੀਆਂ ਰਹੀਆਂ ਜਾਂ ਕਿਵੇਂ ਤੁਸੀਂ ਆਪਣੇ ਆਪ ਨੂੰ ਗਰੂਮ ਕੀਤਾ? ਇਹ ਚੀਜ਼ ਸਾਰਾ ਕੁਝ ਮੇਰੇ ਮਦਰ ਹੀ ਧਿਆਨ ਰੱਖਦੇ ਸੀਗੇ। ਸੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਵੀ ਮੈਂ ਬਹੁਤ ਛੋਟੀ ਸੀਗੀ, ਕੁਛ ਆਈਡੀਆ ਹੀ ਨਹੀਂ ਸੀਗਾ ਕਿ ਲਾਈਨ 'ਚ, ਮੈਂ ਬਹੁਤ ਬਬਲੀ ਜੀ ਮੇਰੀ, ਮੈਂ ਬਹੁਤ ਥੋੜ੍ਹਾ ਹੈਲਦੀ ਵੀ ਸੀਗੀ, ਐਵੇਂ ਕਹਾਂ ਥੋੜ੍ਹੀ ਸੀਗਾ ਇੱਦਾਂ ਦਾ ਥੋੜ੍ਹਾ, ਤਾਂ ਮੈਨੂੰ ਕੁਛ ਆਈਡੀਆ ਨਹੀਂ ਸੀ ਕਿ ਇਹਦੇ ਲਈ ਹੁਣ ਮੈਨੂੰ ਫਿੱਟ ਹੋਣਾ ਚਾਹੀਦਾ। ਮੈਨੂੰ ਕੁਛ ਨਹੀਂ ਸੀ, ਇੰਨੀ ਛੋਟੀ ਏਜ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਸੋਚੇਗਾ ਕਿ ਮੈਂ ਇੱਦਾਂ ਹੁਣ ਲਾਈਨ ਦੇ ਵਿੱਚ, ਕਿਉਂਕਿ ਉਸ ਟਾਈਮ ਵੀ ਸ਼ੌਂਕ ਹੀ ਰੱਖਿਆ ਮੇਰੇ ਘਰਦਿਆਂ ਨੇ, ਕਦੇ ਇੱਦਾਂ ਨਹੀਂ ਕੀਤਾ ਸੀ ਵੀ ਹੁਣ ਇਹੀ ਪ੍ਰੋਫੈਸ਼ਨ ਹੈ, ਹੁਣ ਇਹੀ ਕਰਨਾ, ਇੱਦਾਂ ਕੁਛ ਨਹੀਂ ਸੀ। ਉਹ ਇੱਦਾਂ ਹੁੰਦਾ ਸੀ ਜਦ ਸੰਡੇ ਹੁੰਦਾ ਸੀ, ਓਕੇ ਸੰਡੇ ਆ ਤਾਂ ਸੰਡੇ ਨੂੰ ਸ਼ੂਟ ਰੱਖਾਂਗੇ, ਉਸ ਦਿਨ ਕਮਲ ਦੀ ਛੁੱਟੀ ਹੁੰਦੀ ਹੈ, ਫਿਰ ਸਕੂਲ ਤੋਂ ਬਾਅਦ ਕਈ ਵਾਰੀ। ਸੋ ਇੱਦਾਂ ਚੱਲਦਾ ਸੀ ਉਹ। ਹਾਂਜੀ, ਕੁਛ ਇੱਦਾਂ ਕੋਈ ਇੰਨਾ ਉਸ ਟਾਈਮ ਤੱਕ ਮੈਨੂੰ ਨਹੀਂ ਲੱਗਦਾ ਕੋਈ ਸੀ ਕਦੇ ਇਸ ਚੀਜ਼ 'ਤੇ ਫੋਕਸ ਕੀਤਾ ਸੀ। ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਸਟਾਰ ਬਣ ਗਏ ਸੀ, ਉਸ ਚੀਜ਼ ਨੇ ਤੁਹਾਡੀ ਪਰਸਨਲ ਲਾਈਫ 'ਤੇ, ਕਿਉਂਕਿ ਉਸ ਟਾਈਮ ਤੁਹਾਡੀ ਸਕੂਲਿੰਗ ਵੀ ਚੱਲ ਰਹੀ ਹੋਣੀ ਹੈ, ਅਤੇ ਉਸ ਚੀਜ਼ 'ਤੇ ਕੁਛ ਫਰਕ ਪਿਆ? ਹਾਂਜੀ, ਥੋੜ੍ਹਾ ਸਕੂਲ 'ਚ ਹੁੰਦਾ ਸੀਗਾ ਕਿ ਸਭ ਨੂੰ ਜਿਵੇਂ ਪਤਾ ਹੀ ਸੀ ਵੀ ਗਾਣੇ ਚਾਹੁੰਦੇ, ਅਤੇ ਕਾਫੀ ਟੀਚਰਸ ਬਹੁਤ ਸਪੋਰਟ ਕਰਦੇ ਸੀ ਸਾਰੇ ਸਕੂਲ 'ਚ, ਮਤਲਬ ਅੱਛਾ ਹੀ ਸੀਗਾ ਫੈਨਸ। ਕਈ ਵਾਰੀ ਦੂਸਰੇ ਸਕੂਲ ਵਾਲੇ ਸਾਡੇ ਸਕੂਲ 'ਚ ਆਉਂਦੇ ਸੀ, ਕਦੇ ਐਨੂਅਲ ਫੰਕਸ਼ਨਸ ਹੁੰਦੇ ਸੀ ਤਾਂ ਉਹ ਫੈਨਸ ਮਿਲਣ, ਉਸ ਟਾਈਮ ਇੰਨੀ ਛੋਟੀ ਏਜ 'ਚ ਮੈਂ ਤਾਂ ਕਈ ਵਾਰ ਮੈਨੂੰ ਕਹਿੰਦੇ ਸੀ ਕਿ ਤੁਹਾਡੀ ਵੱਡੀ ਭੈਣ ਆਉਂਦੀ ਹੈ ਜਿਹੜੀ ਉਹ ਗਾਣਿਆਂ 'ਚ ਹੁੰਦੀ ਹੈ, ਵੀ ਬਿਲਕੁਲ ਤੁਸੀਂ ਉਹੀ ਲੱਗ ਰਹੇ, ਕਿਉਂਕਿ ਮੈਂ ਸਕੂਲ ਡਰੈਸ 'ਚ ਹੁੰਦੀ ਸੀ। ਜੀ ਜੀ। ਸੋ ਬੜਾ ਇੱਦਾਂ ਪੁੱਛਦੇ ਹੁੰਦੇ ਸੀ, ਤਾਂ ਮੈਂ ਕਿਹਾ ਨਹੀਂ ਮੈਂ ਹੀ ਹਾਂ, ਉਹ ਫਿਰ ਮੰਨਦੇ ਨਹੀਂ ਸੀਗੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਤਾਂ ਛੋਟੀ ਜਿਹੀ ਇੱਥੇ ਸਕੂਲ 'ਚ ਫਿਰਦੀ ਆ। ਜੀ ਜੀ। ਹੁਣ ਕਮ ਬੈਕ ਦਾ ਕਿੱਦਾਂ ਤੁਸੀਂ ਸੋਚਿਆ? ਕਿਉਂਕਿ ਟੈਲੀਵਿਜ਼ਨ ਤੋਂ ਬਾਅਦ ਹੁਣ ਸਿੱਧਾ ਤੁਸੀਂ ਸਿਨੇਮਾ ਸਕਰੀਨ 'ਤੇ ਸਾਨੂੰ ਨਜ਼ਰ ਆਉਂਗੇ, ਹੈ ਨਾ? ਅਤੇ ਇਹ ਕਮ ਬੈਕ ਦਾ ਕਿੱਦਾਂ ਸੋਚਿਆ? ਕਿਵੇਂ ਇਹ ਫਿਲਮ ਟਾਈਟੈਨਿਕ ਤੁਹਾਨੂੰ ਮਿਲੀ ਹੈ ਜਿਹੜੀ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਕਿਵੇਂ ਰਿਹਾ ਸਾਰਾ ਕੁਛ? ਧਾਲੀਵਾਲ ਪ੍ਰੋਡਕਸ਼ਨ ਜੀ, ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕਿ ਇੱਦਾਂ ਰਵੀ ਪੁੰਛ ਡਾਇਰੈਕਟਰ ਨੇ ਅਤੇ ਉਹ ਮੂਵੀ ਬਣਾਉਣ ਜਾ ਰਹੇ ਨੇ, ਸੋ ਇੱਦਾਂ ਕਰਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਸੋ ਉਹਨਾਂ ਨਾਲ ਮੈਂ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਜਦ ਦੱਸਿਆ
ਕਿ ਟਾਈਟੈਨਿਕ ਹੈ, ਪਹਿਲਾਂ ਤਾਂ ਉਹਨਾਂ ਨੇ ਮੈਨੂੰ ਜਦ ਦੱਸਿਆ ਕਿ ਟਾਈਟੈਨਿਕ ਹੈ ਤਾਂ ਮੈਂ ਸੋਚਣ ਲੱਗ ਗਈ ਵੀ ਟਾਈਟੈਨਿਕ ਤਾਂ ਇੰਗਲਿਸ਼ ਉਹਦੇ 'ਚ ਆਈ ਸੀ, ਮੈਂ ਉਹੀ ਆ ਰਹੀ, ਮੈਂ ਸੋਚੀ ਸੀ ਉਹ ਪੰਜਾਬੀ ਵਰਜ਼ਨ ਮਤਲਬ ਬਣ ਰਿਹਾ ਉਹਦਾ, ਅਤੇ ਉਹ ਕਹਿੰਦੇ ਨਹੀਂ ਬਿਲਕੁਲ ਉੱਦਾਂ ਨਹੀਂ ਹੈਗਾ, ਇਹ ਪੰਜਾਬ ਦੀ ਟਾਈਟੈਨਿਕ, ਇਹਦਾ ਕੋਈ ਹੋਰ ਰੀਜ਼ਨ ਹੈ ਟਾਈਟੈਨਿਕ ਹੋਣ ਦਾ। ਸੋ ਉਹਨਾਂ ਨੇ ਜਦ ਮੈਨੂੰ ਸਟੋਰੀ ਸਾਰੀ ਸੁਣਾਈ ਤਾਂ ਮੈਨੂੰ ਬਹੁਤ ਹੀ ਵਧੀਆ ਲੱਗੀ। ਸੋ ਮੈਨੂੰ ਲੱਗਦਾ ਸੀ ਮੈਂ ਕੁਛ ਇਹੋ ਜਿਹਾ ਹੀ ਕਰਨਾ ਚਾਹੁੰਦੀ ਸੀਗੀ ਸ਼ੁਰੂ ਤੋਂ, ਮੈਨੂੰ ਇੱਦਾਂ ਦਾ ਹੀ ਕਰੈਕਟਰ ਕੁਛ ਜੋ ਇਹਨਾਂ ਨੇ ਕਰੈਕਟਰ ਦੱਸਿਆ ਮੈਨੂੰ, ਸੋ ਮੈਨੂੰ ਸੀ ਮੈਂ ਜ਼ਰੂਰ ਕਰੂੰਗੀ। ਸੋ ਇੱਦਾਂ ਇਹ ਸਾਡੀ ਟੀਮ ਬਣੀ। ਸੋ ਉਸ ਤੋਂ ਬਾਅਦ ਇਹ ਤੁਸੀਂ ਸੋਚਿਆ ਹੋਇਆ ਸੀ ਜੇ ਸੋਚ ਰਹੇ ਸੀ ਇਸ ਦੌਰਾਨ ਵੀ ਮੈਂ ਫਿਲਮਾਂ ਕਰਨੀਆਂ ਨੇਗੀਆਂ? ਹਾਂਜੀ, ਮੈਂ ਫਿਲਮ ਬਾਰੇ ਸੋਚ ਰਹੀ ਸੀ। ਹੁਣ ਜਦ ਮੈਂ ਦੁਬਾਰਾ ਕੰਮ ਬੈਕ ਕੀਤਾ ਤਾਂ ਮੇਰਾ ਪਲਾਨ ਸੀਗਾ ਇਹ ਕਿ ਮੈਂ ਹੁਣ ਮੂਵੀਜ਼ 'ਚ ਟਰਾਈ ਕਰਾਂ। ਸੋ ਯਾ, ਅਤੇ ਇਹ ਸੂਫੀ ਦਾ ਕਿਰਦਾਰ ਹੈਗਾ ਤੁਹਾਡਾ ਇਸ ਫਿਲਮ ਦੇ ਵਿੱਚ, ਕਿਹੋ ਜਿਹੀ ਕੁੜੀ ਆ ਉਹ? ਕਿਉਂਕਿ ਮੈਂ ਵੀ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਹੋਈ ਹਾਂ ਅਤੇ ਐਂਡ ਬਹੁਤ ਸੋਹਣੀ ਸਕ੍ਰਿਪਟ ਇਸ ਫਿਲਮ ਦੀ ਲਿਖੀ ਗਈ ਸੀ। ਜੀ ਜੀ ਜੀ। ਅਤੇ ਆਪਣੇ ਕਿਰਦਾਰ ਬਾਰੇ ਮੈਂ ਚਾਹੂੰਗੀ ਕਿ ਤੁਸੀਂ ਦਰਸ਼ਕਾਂ ਥੋੜ੍ਹਾ ਵਰਬਲੀ ਦੱਸ ਦਿਓ। ਵੈਸੇ ਤਾਂ ਅਸੀਂ 28 ਦਸੰਬਰ ਨੂੰ ਦੇਖਾਂਗੇ। ਜੀ ਜੀ। ਐਕਚੁਅਲੀ ਇਹ ਬੜੀ ਸਿੰਪਲ ਜੀ ਸੋਬਰ ਜੀ ਕੁੜੀ ਹੈ, ਜਿਵੇਂ ਆਪਣੇ ਪਿੰਡਾਂ 'ਚ ਕੁੜੀਆਂ ਆਪਾਂ ਦੇਖਦੇ ਹਾਂ ਬਿਨਾਂ ਮੇਕਅਪ ਤਾਂ ਚਲੋ ਕਰਦੀਆਂ ਨਹੀਂ, ਇੰਨੀਆਂ ਸੋਹਣੀਆਂ ਹੁੰਦੀਆਂ ਨੇ, ਹੈ ਨਾ, ਸਿੰਪਲ ਜੀਆਂ, ਗੁੱਤ ਕਰਨੀ, ਸਿੰਪਲ ਸੂਟ, ਕੁਛ ਪਤਾ ਨਹੀਂ ਹੁੰਦਾ ਸੂਟਾਂ ਦਾ ਕਿਵੇਂ, ਹੈ ਨਾ, ਅਤੇ ਇਹ ਉੱਦਾਂ ਦਾ ਕਰੈਕਟਰ ਹੈ ਕੁੜੀ ਦਾ। ਅਤੇ ਇਹਦੇ ਇਹ ਇੱਕ ਕਹਿ ਲਓ ਵੀ ਇਹਦੇ ਮਾਂ ਪਿਓ ਨਹੀਂ ਹੁੰਦੇ ਹੈਗੇ, ਸੋ ਕਿੱਦਾਂ ਉਹਦੀ ਮਤਰੇਈ ਮਾਂ ਸਟੈਪ ਮਦਰ ਉਹਨੂੰ ਕਿੱਦਾਂ ਟ੍ਰੀਟ ਕਰਦੀ ਹੈ ਅਤੇ ਕਿੱਦਾਂ ਉਹ ਹਾਲਾਤਾਂ ਨੂੰ ਹੈਂਡਲ ਕਰਦੀ ਹੈ, ਅਤੇ ਪਲੱਸ ਆਪਣੇ ਦੋਸਤਾਂ ਨਾਲ ਉਹਦਾ ਕਿਵੇਂ ਬੌਂਡਿੰਗ ਹੈ, ਉਹ ਸਾਰਾ ਕੁਛ ਇਸ ਕਰੈਕਟਰ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ। ਕਿਉਂਕਿ ਇੰਡਸਟਰੀ ਇੰਨੀ ਜ਼ਿਆਦਾ ਫਾਸਟ ਗਰੋ ਕਰ ਰਹੀ ਹੈ ਅਤੇ ਹਰ ਦਿਨ ਕੋਈ ਨਵੀਂ ਟੈਕਨੋਲੋਜੀ, ਹਰ ਦਿਨ ਨਵੇਂ ਕੌਨਸੈਪਟ, ਹਰ ਦਿਨ ਕੋਈ ਨਵਾਂ ਟ੍ਰੈਂਡ ਬਣ ਰਿਹਾ ਨਾ, ਤੁਹਾਡਾ ਗੈਪ ਰਿਹਾ ਜਾਂ ਫਿਰ ਤੁਸੀਂ ਕਹੋ ਕਿ ਹਾਂ ਉਹ ਤੁਹਾਡੀ ਮਰਜ਼ੀ ਦਾ ਸੀਗਾ ਕਿ ਮੈਂ ਇੰਨਾ ਟਾਈਮ ਕੰਮ ਨਹੀਂ ਕਰਨਾ ਜਾਂ ਠੀਕ ਹੈ ਨਹੀਂ ਕਰ ਰਹੇ, ਇਟਸ ਓਕੇ, ਹੈ ਨਾ। ਜਦੋਂ ਤੁਸੀਂ ਫਿਲਮ ਦੇ ਲਈ, ਕਿਉਂਕਿ ਟੈਲੀਵਿਜ਼ਨ ਐਂਡ ਫਿਲਮ ਦਾ ਸੈਟਅਪ ਬਹੁਤ ਡਿਫਰੈਂਟ ਹੁੰਦਾ ਇੱਕ ਦੂਜੇ ਦੇ ਨਾਲੋਂ, ਵਾਜ਼ ਇਟ ਡਿਫੀਕਲਟ ਫੋਰ ਯੂ ਕਿ ਹਾਂ ਵਾਪਸ ਆਉਣਾ ਦੁਬਾਰਾ ਤੋਂ? ਕਈ ਵਾਰ ਜਦੋਂ ਅਸੀਂ ਦੁਬਾਰਾ ਤੋਂ ਸ਼ੁਰੂਆਤ ਕਰਦੇ ਹਾਂ ਉਹ ਏ ਤੋਂ ਸ਼ੁਰੂ ਕਰਨ ਵਾਲੀ ਗੱਲ ਹੋ ਜਾਂਦੀ ਹੈ। ਤੁਹਾਡਾ ਕੀ ਸੀਗਾ ਉਸ ਟਾਈਮ ਦੀ ਸਿਚੁਏਸ਼ਨ? ਜੀ ਬਿਲਕੁਲ ਇੱਦਾਂ ਹੀ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੁਬਾਰਾ ਤੋਂ ਕਮਬੈਕ ਕਰਨਾ ਮੇਰੇ ਲਈ, ਜਿਵੇਂ ਸੌਂਗਸ ਤੋਂ ਮੈਂ ਦੁਬਾਰਾ ਕਮਬੈਕ ਕੀਤਾ, ਅਤੇ ਥੋੜ੍ਹਾ ਰਿਹਾ ਕਿ ਸਟਰਗਲ, ਨੋ ਡਾਊਟ, ਕਿ ਐਂ ਨਹੀਂ ਸੀਗਾ ਕਿ ਮੈਂ ਆਈ ਅਤੇ ਨਾਲ ਹੀ ਮੈਂ ਕਹਾਂ ਕਿ ਮੈਂ ਸ਼ੁਰੂ ਕਰਤਾ ਸੀ, ਇੱਦਾਂ ਨਹੀਂ ਸੀ। ਦੁਬਾਰਾ ਲਿੰਕਸ ਕਹਿ ਲਓ ਵੀ ਆਪਾਂ ਕੰਟੈਕਟ 'ਚ ਦੁਬਾਰਾ ਆਏ ਸਾਰੇ ਲਾਈਨ ਦੇ ਨਾ, ਉਹ ਤਾਂ ਥੋੜ੍ਹਾ ਟਾਈਮ ਲੱਗਿਆ, ਬਟ ਹਾਂਜੀ, ਅਤੇ ਸਟਾਰਟ ਹੋ ਹੀ ਗਿਆ ਸੀ ਫਿਰ। ਸੋ ਮੇਰਾ ਆਈਫੋਨ ਵਾਰਤਾ ਜਿਹੜਾ ਰਵਿੰਦਰ ਗਰੇਵਾਲ ਜੀ ਸੀਗਾ, ਉਹਨਾਂ ਨਾਲ ਦੁਬਾਰਾ ਤੋਂ ਮੈਂ ਕਮਬੈਕ ਕਰ ਲਿਆ ਸੀ ਜੀ, ਥੋੜ੍ਹਾ ਟਾਈਮ ਜ਼ਰੂਰ ਲੱਗਿਆ ਸੀ ਜੀ। ਅਤੇ ਫਿਲਮ 'ਤੇ ਸੈੱਟ 'ਤੇ ਕਿੱਦਾਂ ਦਾ ਮਾਹੌਲ ਰਿਹਾ? ਕਿਉਂਕਿ ਇੱਕ ਕਾਸਟ ਦੇ ਨਾਲ, ਸਾਰੀ ਦੇ ਨਾਲ ਤੁਸੀਂ ਪਹਿਲੀ ਵਾਰੀ ਕੰਮ ਕਰ ਰਹੇ ਹੋ, ਅਤੇ ਉਸ ਤੋਂ ਬਾਅਦ ਰਾਜ ਸਿੰਘ ਝਿੰਜਰ, ਉਹ ਵੀ ਇਹਨਾਂ ਦੇ ਲਈ ਫਿਲਮ ਬੜੀ ਖਾਸ ਹੈ ਕਿਉਂਕਿ ਪਹਿਲੀ ਵਾਰ ਉਹ ਐਜ਼ ਆ ਲੀਡ ਕੰਮ ਕਰ ਰਹੇ ਨੇ ਕਿਸੇ ਫਿਲਮ ਦੇ ਵਿੱਚ। ਕਿਵੇਂ ਦੀ ਟਿਊਨਿੰਗ ਤੁਹਾਡੀ ਸਾਰਿਆਂ ਦੇ ਨਾਲ ਸੀ? ਕਿੰਨਾ ਟਾਈਮ ਤੁਹਾਨੂੰ ਲੱਗਦਾ ਸੀ ਡਾਇਰੈਕਸ਼ਨ, ਡਾਇਰੈਕਟਰ ਦੀਆਂ ਡਾਇਰੈਕਸ਼ਨਸ ਫੋਲੋ ਕਰਨ ਦੇ ਲਈ, ਸਮਝਣ ਦੇ ਲਈ, ਕਿਵੇਂ ਸੀਗਾ ਸਾਰਾ ਤੁਹਾਡੇ ਲਈ? ਅਸਲ 'ਚ ਜਦ ਇਸ ਮੂਵੀ ਦੇ ਦੌਰਾਨ ਅਸੀਂ ਮਿਲੇ ਸੀ ਰਵੀ ਪੁੰਜੀ ਨਾਲ, ਅਤੇ ਮੀਟਿੰਗ ਦੇ ਦੌਰਾਨ ਉਹਨਾਂ ਨੇ ਮੈਨੂੰ ਕਾਫੀ ਹੱਦ ਤੱਕ ਕਰੈਕਟਰ ਸਮਝਾਇਆ ਸੀ, ਬਹੁਤ ਹੀ ਬਰੀਫਲੀ ਮੈਨੂੰ ਬਹੁਤ ਕਲੀਅਰ ਸਮਝਾਇਆ ਸੀ ਉਹਨਾਂ ਨੇ। ਸੋ ਜਦ ਆਪਾਂ ਸ਼ੂਟ 'ਤੇ ਗਏ ਤਾਂ ਉੱਥੇ ਮਾਹੌਲ ਤਾਂ ਬਹੁਤ ਹੀ ਸੋਹਣਾ ਸੀ, ਐਵੇਂ ਕਹਾਂ ਬਿਲਕੁਲ ਹੀ ਫੈਮਲੀ ਵਾਂਗੂ ਰਿਹਾ, ਮੈਨੂੰ ਲੱਗ ਹੀ ਨਹੀਂ ਰਿਹਾ ਸੀ ਮੂਵੀ ਸ਼ੂਟ ਹੋ ਰਹੀ ਹੈ, ਬਟ ਹਾਂਜੀ ਜਿਵੇਂ ਹੁਣ ਕਹਿ ਰਹੇ ਤੁਸੀਂ ਇਹ ਫਿਲਮ ਹੈ, ਇਹ ਕੋਈ ਸੌਂਗ ਨਹੀਂ ਹੈਗਾ। ਸੋ ਜਦ ਵੀ ਸ਼ਾਰਟ ਮੇਰਾ ਸੀਗਾ ਜਾਂ ਪਹਿਲਾ ਸ਼ਾਰਟ ਸੀ, ਤਾਂ ਰਵੀ ਪੁੰਜੀ ਨੇ ਸਪੈਸ਼ਲੀ ਹਮੇਸ਼ਾ ਟਾਈਮ ਦਿੱਤਾ, ਹਮੇਸ਼ਾ ਵੈਨਿਟੀ 'ਚ ਆ ਕੇ ਵੀ ਕਮਲ ਇਹ ਹੁਣ ਤੇਰਾ ਕਰੈਕਟਰ ਹੈ ਤਾਂ ਯਾਦ ਰੱਖੀ ਤੂੰ ਇੱਕ ਇੱਦਾਂ ਦੀ ਕੁੜੀ ਹੈ। ਸੋ ਲਾਈਕ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ, ਅਤੇ ਉਹ ਮੈਨੂੰ ਪਹਿਲਾਂ ਹੀ ਸਮਝਾ ਕੇ ਪ੍ਰੋਪਰ ਕਰੈਕਟਰ ਨੂੰ, ਫਿਰ ਹੀ ਮੈਨੂੰ ਔਨ ਸੈੱਟ ਮੈਂ ਜਾਂਦੀ ਸੀਗੀ, ਸੋ ਹਮੇਸ਼ਾ ਮੈਨੂੰ ਪ੍ਰਿਪੇਅਰ ਰੱਖਦੇ ਸੀ। ਸੋ ਯਾ, ਸਾਨੂੰ ਪਤਾ ਲੱਗੇ ਵੀ ਫਿਲਮ ਦੇ ਹੀਰੋ ਵੀ ਬਹੁਤ ਘਬਰਾ ਗਏ ਸੀਗੇ ਜਦੋਂ ਕੋਈ ਰੋਮਾਂਟਿਕ ਸੀਨ ਜਾਂ ਕੋਈ ਸੌਂਗ ਸ਼ੂਟ ਕਰਨਾ ਹੁੰਦਾ ਸੀ, ਅਤੇ ਉੱਥੇ ਤੁਸੀਂ ਕੰਫਰਟੇਬਲ ਕਰਦੇ ਸੀ ਉਹਨਾਂ ਨੂੰ? ਨਹੀਂ, ਇੱਦਾਂ ਕੁਛ ਨਹੀਂ, ਐਕਚੁਅਲੀ ਪਤਾ ਕੀ ਹੋਇਆ ਸੀਗਾ, ਪਹਿਲਾਂ ਹੀ ਸ਼ਾਰਟ ਸੀ, ਫਸਟ ਸ਼ਾਰਟ ਹੀ ਅਸਲ 'ਚ ਕੁਛ ਸਵੇਰ ਤੋਂ ਅਸੀਂ ਬੈਠੇ ਸੀ, ਸ਼ਾਰਟ ਚੱਲ ਰਹੇ ਸੀ, ਤਾਂ ਪਹਿਲਾਂ ਹੀ ਸ਼ਾਰਟ ਉਹਨਾਂ ਨੇ
ਰੋਮਾਂਟਿਕਸ ਪਲਾਨ ਕਰ ਲਿਆ, ਮੈਂ ਉਹਨਾਂ ਨੂੰ ਮਿਲੀ ਨਹੀਂ ਸੀਗੀ ਨਾ ਉਹ ਮੈਨੂੰ ਮਿਲੇ ਸੀਗੇ। ਹੁਣ ਐਜ਼ ਐਨ ਆਰਟਿਸਟ ਹੁਣ ਸਾਨੂੰ ਪਤਾ ਕਿ ਹੁਣ ਆਰਟਿਸਟ ਹਾਂ ਅਸੀਂ ਕੰਮ ਕਰਦੇ ਹਾਂ ਨਾ, ਅਤੇ ਉਹ ਇੱਦਾਂ ਹੋਇਆ ਕਿ ਸਿੱਧਾ ਹੀ ਪਲਾਨ ਉਹ ਜੋ ਮਾਹੌਲ ਸੀਗਾ ਰੋਮਾਂਟਿਕ ਪਹਿਲਾਂ ਹੀ ਸ਼ਾਰਟ ਸੀਗਾ, ਅਤੇ ਉਹਦੇ ਵਿੱਚ ਸਿੰਪਲ ਸ਼ਾਇਦ ਤੁਸੀਂ ਉਹਦੇ 'ਚ ਦੇਖਿਆ ਹੋਣਾ ਟ੍ਰੇਲ 'ਚ ਘੁੰਡ ਚੱਕਣ ਵਾਲਾ ਹੀ ਸ਼ਾਰਟ ਹੈ ਜਿਹੜਾ ਉਹ ਹੈਗਾ, ਉਹੀ ਸੀ ਉਹ ਸ਼ਾਰਟ। ਸੋ ਉਹ ਬੈਠੇ ਸੀ, ਉਹ ਰਵੀ ਜੀ ਨੇ ਪੁੱਛਿਆ ਵੀ ਸ਼ਾਰਟ ਰੇਡੀ ਵੀ ਓਕੇ ਆ ਤੁਸੀਂ ਰੇਡੀ ਹੋ? ਮੈਂ ਕਿਹਾ ਹਾਂਜੀ ਬਿਲਕੁਲ ਰੇਡੀ ਹਾਂ, ਅਤੇ ਅਸੀਂ ਰਾਜ ਅਤੇ ਮੈਂ ਇੱਕ ਵਾਰੀ ਗੱਲ ਵੀ ਕੀਤੀ ਹਾਂਜੀ ਕਿਵੇਂ ਹੈ ਨਾ। ਸੋ ਸਿੱਧਾ ਹੀ ਸ਼ਾਰਟ ਸ਼ੁਰੂ ਹੋ ਗਿਆ। ਸੋ ਉਹਦੇ ਵਿੱਚ ਕੋਈ ਸਾਡੀ ਇੰਨੀ ਗੱਲਬਾਤ ਨਹੀਂ ਹੋਈ ਸੀ, ਤਾਂ ਸਿੱਧਾ ਹੀ ਮੈਂ ਪਹਿਲਾ ਡਾਇਲੋਗ ਬੋਲਿਆ ਅਤੇ ਉਹ ਬੋਲੇ ਹੀ ਨਹੀਂ ਅੱਗੋਂ, ਅਤੇ ਫਿਰ ਉਹ ਕਹਿੰਦੇ ਕੱਟ ਕੱਟ ਓਕੇ ਓਕੇ, ਤਾਂ ਉਹ ਕਹਿੰਦੇ ਮੈਂ ਕਹਿੰਦੇ ਤੁਸੀਂ ਕੰਫਰਟੇਬਲ ਹੋ? ਮੈਂ ਕਿਹਾ ਹਾਂਜੀ ਮੈਂ ਕੰਫਰਟੇਬਲ ਹੈਗੀ। ਕਹਿੰਦੇ ਓਕੇ ਬਟ ਮੈਂ ਨਹੀਂ ਹੈਗਾ, ਬਟ ਮੈਨੂੰ ਨਹੀਂ ਸਮਝ ਆਈ ਉਹ ਕੀ ਸੀਗਾ, ਬਟ ਉਹਨਾਂ ਨੇ ਐਂ ਬੋਲ ਕੇ ਚਲੇ ਗਏ। ਫਿਰ ਉਸ ਤੋਂ ਬਾਅਦ ਉਹ ਦੋ ਮਿੰਟ ਲਗਾ ਕੇ ਫਿਰ ਆਏ, ਜਦਕਿ ਸਿਰਫ ਡਾਇਲੋਗ ਸੀ, ਕੋਈ ਹੱਥ ਫੜਨਾ ਕੋਈ ਟੱਚ ਕੁਛ ਚਾਹੀਦਾ ਸੀਗਾ ਨਹੀਂ, ਨੋਰਮਲ ਸ਼ਾਰਟ ਸੀਗਾ। ਆਈ ਡੋਂਟ ਨੋ ਉਹਨਾਂ ਨੂੰ ਲੱਗਿਆ ਮੇ ਬੀ ਉਸ ਤਰ੍ਹਾਂ ਦਾ ਔਰਾ, ਉਹਨਾਂ ਨੇ ਮੈਨੂੰ ਬਾਅਦ 'ਚ ਦੱਸਿਆ ਕਿ ਕਮਲ ਆਪਾਂ ਗੱਲ ਹੀ ਨਹੀਂ ਕਰ ਪਾਏ, ਤਾਂ ਸਿੱਧਾ ਹੀ ਅਸੀਂ ਔਨ ਸੈਟ ਮਿਲੇ ਹਾਂ, ਅਤੇ ਜ਼ਰੂਰੀ ਹੁੰਦਾ ਹੁਣ ਆਪਾਂ ਵੀ ਬੈਠੇ ਹਾਂ ਆਪਾਂ ਗੱਲਬਾਤ ਕਰਨੀ, ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਆਰਟਿਸਟ ਨੂੰ ਜਾਣਨਾ ਸੀ, ਬਿਲਕੁਲ ਨਹੀਂ ਮਿਲੇ ਸੀ ਉਸ ਤੋਂ ਪਹਿਲਾਂ, ਸੋ ਥੋੜ੍ਹਾ ਜਿਹਾ ਅਨਕੰਫਰਟੇਬਲ ਹੋ ਗਿਆ ਸੀਗਾ, ਦੈਟਸ ਇਟ। ਹਾਂਜੀ, ਇੱਕ ਆਰਟਿਸਟ ਦੇ ਲਈ ਖਾਸ ਤੌਰ 'ਤੇ ਜਿਹੜਾ ਅਦਾਕਾਰ ਹੁੰਦਾ ਉਹਦੇ ਲਈ ਡਾਇਲੋਗ ਡਿਲੀਵਰੀ ਹੀ ਸਾਰਾ ਕੁਛ ਹੁੰਦਾ ਆ। ਜੀ ਜੀ, ਤੁਸੀਂ ਪਹਿਲੀ ਵਾਰ ਫਿਲਮ ਕਰ ਰਹੇ ਸੀਗੇ, ਨੋ ਡਾਊਟ ਬਹੁਤ ਚੰਗਾ ਮਾਹੌਲ ਸੀਗਾ, ਰਵੀ ਤੁਹਾਨੂੰ ਪੂਰਾ ਆਪਣਾ ਟਾਈਮ ਡਿਵੋਟ ਕਰ ਰਹੇ ਸੀਗੇ, ਪਰ ਤੁਹਾਡੀ ਕੀ ਖੁਦ ਦੀਆਂ ਕੀ ਪ੍ਰੈਕਟਿਸ ਰਹੀਆਂ ਆਪਣੇ ਕਰੈਕਟਰ ਨੂੰ ਤਿਆਰ ਕਰਨ ਦੇ ਲਈ, ਡਾਇਲੋਗ ਖਾਸ ਕਰਕੇ ਡਾਇਲੋਗ ਡਿਲੀਵਰੀ ਦੇ ਲਈ, ਹੈ ਨਾ, ਤਾਂ ਕਿ ਤੁਸੀਂ ਸਕਰੀਨ 'ਤੇ ਕੱਚੇ ਨਾ ਲੱਗੋ? ਬਿਲਕੁਲ, ਮੈਂ ਬਹੁਤ ਜ਼ਿਆਦਾ ਟਾਈਮ ਦੇ ਰਹੀ ਸੀ ਆਪਣੀ ਸਕ੍ਰਿਪਟ ਨੂੰ, ਅਤੇ ਮੈਂ ਉਹਦੇ 'ਤੇ ਜਿੰਨੀ ਵਾਰ ਮੈਂ ਕਰੈਕਟਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ, ਮੇਰੀ ਪੂਰੀ ਕੋਸ਼ਿਸ਼ ਸੀਗੀ ਕਿ ਜੋ ਕਰੈਕਟਰ ਨੂੰ ਚਾਹੀਦਾ ਉਹ ਮੈਂ 100% ਤੋਂ ਵੀ ਜ਼ਿਆਦਾ ਈਵਨ 200% ਦੇਵਾਂ। ਸੋ ਮੈਂ ਬਹੁਤ ਪ੍ਰੈਕਟਿਸ ਮੈਂ ਫੁੱਲ ਔਨ ਕਰ ਰਹੀ ਸੀ, ਕਿਉਂਕਿ ਮੇਰੀ ਪਹਿਲੀ ਫਿਲਮ ਸੀਗੀ, ਸੋ ਮੇਰੇ ਲਈ ਬਹੁਤ ਜ਼ਰੂਰੀ ਸੀਗਾ ਕਿ ਮੇਰੇ ਡਾਇਲੋਗ ਕਿਸੇ ਵੀ ਗੱਲ ਨੂੰ ਮੈਂ ਮਾਰ ਨਾ ਖਾਵਾਂ। ਮੈਂ ਚਾਹੁੰਦੀ ਹਾਂ ਕਿ ਐਕਚੁਅਲੀ ਮੇਰੀ ਕੋਸ਼ਿਸ਼ ਇਹ ਵੀ ਰਹੀ ਹੈ ਕਿ ਥੋੜ੍ਹਾ ਨੈਚੁਰਲ ਰੱਖਾਂ, ਐਗਜੈਕਟਲੀ ਕੁਛ ਮੈਂ ਐਕਟਿੰਗ ਇੱਦਾਂ ਐਕਸਟਰਾ ਨਾ ਕਰਾਂ। ਸੋ ਹੁਣ ਤਾਂ 28 ਨੂੰ ਹੀ ਪਤਾ ਲੱਗੇਗਾ ਕਿਵੇਂ ਲੋਕ ਐਕਸੈਪਟ ਕਰਦੇ ਹਾਂ। ਜੀ, 2018 ਖਤਮ ਹੋਣ ਲੱਗਿਆ, 2018 'ਚ ਬਹੁਤ ਫਿਲਮਾਂ ਬਣੀਆਂ, ਰਿਲੀਜ਼ ਹੋਈਆਂ, 19 ਦੇ ਲਈ ਅਨਾਊਂਸ ਹੋ ਗਈਆਂ, 20 ਦੇ ਲਈ ਵੀ ਈਵਨ ਅਨਾਊਂਸ ਹੋ ਰਹੀ ਹੋਣਗੀਆਂ। ਜਦੋਂ ਤੁਸੀਂ ਬ੍ਰੇਕ 'ਤੇ ਸੀਗੇ ਉਸ ਟਾਈਮ ਤੁਸੀਂ ਇੰਡਸਟਰੀ ਨੂੰ ਵਾਚ ਕਰ ਰਹੇ ਸੀਗੇ, ਤੁਸੀਂ ਕੀ ਓਬਜ਼ਰਵ ਕੀਤਾ ਕਿ ਇੰਡਸਟਰੀ ਕਿਵੇਂ ਗਰੋ ਕਰ ਗਈ ਆ ਜਾਂ ਕਿੱਥੇ ਗਰੋ ਖੜੀ ਹੈਗੀ ਆ? ਕੀ ਤੁਸੀਂ ਓਬਜ਼ਰਵੇਸ਼ਨਸ ਰਹੀਆਂ ਤੁਹਾਡੀਆਂ? ਮੈਂ ਤਾਂ ਇਹੀ ਵੇਖ ਰਹੀ ਸੀਗੀ ਕਿ ਪਹਿਲਾਂ ਫਿਲਮਸ ਦਾ ਬਹੁਤ ਜ਼ਿਆਦਾ ਵਧਿਆ ਹੁਣ ਪਿੱਛੇ ਜੇ, ਅਤੇ ਗਾਣੇ ਤਾਂ ਚਲੋ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਬਣ ਰਹੇ ਸੀ, ਹੁਣ ਉਹ ਉਸ ਤੋਂ ਵੀ ਜ਼ਿਆਦਾ ਹੋ ਚੁੱਕੇ ਨੇ। ਪਹਿਲਾਂ ਲਾਈਵ ਸੌਂਗਸ ਦੀ 1-2 ਮਹੀਨੇ ਹੁੰਦੀ ਸੀਗੀ ਕਿ ਆਪਾਂ ਸੁਣਦੇ ਸੀ, ਹੁਣ ਉਹਨਾਂ ਦੀ ਲਾਈਫ ਜਿਵੇਂ ਸੌਂਗਸ ਦੀ ਆਪਾਂ ਕਹਿ ਸਕਦੇ ਥੋੜ੍ਹੀ ਘੱਟ ਗਈ, ਇਹ ਚੀਜ਼ ਮੈਂ ਨੋਟ ਕਰ ਰਹੀ ਸੀਗੀ। ਅਤੇ ਹੁਣ ਜਿਵੇਂ ਮੂਵੀਜ਼ ਬਣ ਰਹੀਆਂ ਨੇ ਉਹ ਵੇਖ ਕੇ ਬਹੁਤ ਅੱਛਾ ਲੱਗ ਰਿਹਾ ਸੀ ਕਿ ਫਾਈਨਲੀ ਇੱਕ ਟਾਈਮ ਬਹੁਤ ਪਹਿਲਾਂ ਹੁੰਦਾ ਸੀ ਆਪਣੀ ਪੰਜਾਬੀ ਇੰਡਸਟਰੀ ਵਿੱਚ, ਪੰਜਾਬੀ ਫਿਲਮਾਂ ਬਹੁਤ ਸੀਗੀਆਂ ਪੁਰਾਣੀਆਂ ਫਿਲਮਾਂ, ਸੋ ਹੁਣ ਉਹ ਚੀਜ਼ ਦੁਬਾਰਾ ਤੋਂ ਉਹ ਵਧੀਆ ਲੱਗ ਰਿਹਾ ਸੀ ਉਹ ਚੀਜ਼ ਦੇਖ ਕੇ। ਜੀ, ਅੱਗੇ ਮੈਮ ਟਾਈਮ ਹੁੰਦਾ ਸੀਗਾ ਜਿਸ ਟਾਈਮ 'ਤੇ ਤੁਸੀਂ ਟੀ ਵੀ ਦੇ ਉੱਪਰ ਰਹੇ ਹੋ ਕਿ ਪੰਜਾਬੀ ਗੀਤ ਆ ਤਾਂ ਪੰਜਾਬੀ ਹੀ ਪੰਜਾਬ ਦੀ ਲੋਕੇਸ਼ਨ ਹੁੰਦੀ ਸੀ ਅਤੇ ਪੰਜਾਬੀ ਲੋਕ ਹੀ ਉਹਦੇ ਵਿੱਚ ਕੰਮ ਕਰ ਰਹੇ ਹੁੰਦੇ ਸੀ। ਹੁਣ ਸਾਡੇ ਪੰਜਾਬੀ ਗੀਤਾਂ ਦੇ ਵਿੱਚ ਮੋਸਟਲੀ ਅਗਰ ਮਾਡਲ ਆ ਰਹੀ ਆ ਤਾਂ ਉਹ ਸਾਰੇ ਬਾਹਰ ਦੇ ਹੁੰਦੇ ਨੇ, ਲੋਕੇਸ਼ਨਸ ਵੀ ਬਾਹਰ ਦੀਆਂ ਹੁੰਦੀਆਂ ਨੇ, ਅਤੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਬਤੌਰ ਮਾਡਲ ਕੰਮ ਕਰਨਾ ਚਾਹੁੰਦੀਆਂ ਨੇ ਅਤੇ ਬਹੁਤ ਸੋਹਣਾ ਕਰ ਵੀ ਰਹੀਆਂ ਨੇ, ਬਹੁਤ ਗੁੱਡ ਲੁੱਕਸ ਦੇ ਵਿੱਚ ਹੈਗੀਆਂ, ਪਰ ਉਹਨਾਂ ਨੂੰ ਓਪਰਚੁਨਿਟੀ ਨਹੀਂ ਮਿਲ ਰਹੀ। ਤੁਹਾਨੂੰ ਕੀ ਲੱਗਦਾ ਕਿ ਇਹ ਇੰਡਸਟਰੀ ਦੀ ਗਰੋਥ ਹੈ ਜਾਂ ਫਿਰ ਤੁਸੀਂ ਇੱਕ ਤਬਕਾ ਇੰਡਸਟਰੀ ਦਾ ਬਹੁਤ ਇਗਨੋਰ ਕਰ ਰਹੇ ਹੋ? ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਅੱਜ ਦੇ ਟਾਈਮ 'ਚ ਗਾਣੇ ਬਾਹਰੋਂ ਲਾਈਕ ਆਰਟਿਸਟ ਨੂੰ ਲਿੱਤਾ ਜਾ ਰਿਹਾ ਬਾਹਰ ਲੋਕੇਸ਼ਨ 'ਤੇ ਕਰ ਰਿਹਾ, ਇਹ ਹੁਣ ਉੱਥੇ ਗੱਲ ਆ ਗਈ ਹੈ ਬਜਟ 'ਤੇ ਆ ਗਈ। ਇੱਕ ਤਾਂ ਸਭ ਤੋਂ ਪਹਿਲੀ ਗੱਲ, ਬਜਟ ਇੰਨੇ ਵੱਡੇ ਹੋ ਰਹੇ ਨੇ ਗਾਣਿਆਂ ਦੇ, ਅਤੇ ਉੱਥੇ ਰਿਕੁਆਇਰਮੈਂਟ ਆ ਜਾਂਦੀ ਗਾਣੇ ਨੂੰ ਕੀ ਚਾਹੀਦਾ, ਲੋਕੇਸ਼ਨ ਕਿੱਦਾਂ ਦੀ ਚਾਹੀਦੀ, ਉਹ ਜ਼ਿਆਦਾਤਰ ਉਹ ਗਾਣੇ ਦੇ ਆਲੇ ਦੁਆਲੇ ਹੁੰਦਾ, ਅਤੇ ਡਾਇਰੈਕਟਰ ਉਹਨੂੰ ਕਿਵੇਂ ਸੋਚ ਰਿਹਾ,
ਇਹ ਸਾਰੀ ਗੱਲ ਡਾਇਰੈਕਟਰ ਦੇ ਵਿੱਚ ਹੈ ਕਿ ਉਹ ਇਸ ਗਾਣੇ ਦੇ ਵਿੱਚ ਕਹਿ ਸਕਦੇ ਕਿਹੋ ਜਿਹੀ ਲੋਕੇਸ਼ਨ 'ਚ ਆਉਂਦਾ ਜਾਂ ਕਿਹੋ ਜਿਹੇ ਆਰਟਿਸਟ। ਸੋ ਮੈਨੂੰ ਲੱਗਦਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਾਂ ਕਹਿ ਸਕਦੇ ਪੰਜਾਬ 'ਚ ਜਿੱਥੇ ਲੋੜ ਲੱਗਦੀ ਹੈ, ਜਿੱਥੇ ਪੰਜਾਬੀ ਆਰਟਿਸਟ ਜਿਹੜੀ ਆਪਣੀ ਮਾਡਲਸ ਹੈਗੀਆਂ ਨੇ ਉਹਨਾਂ ਨੂੰ ਉੱਥੇ ਲਿੱਤਾ ਵੀ ਜਾ ਰਿਹਾ ਇਹੋ ਜਿਹੀ ਕੋਈ ਗੱਲ ਨਹੀਂ, ਜਿੱਥੇ ਉੱਥੇ ਲੱਗਦਾ ਕਿ ਨਹੀਂ ਇੱਥੇ ਉਹੀ ਆਰਟਿਸਟ ਕੰਮ ਕਰ ਸਕਦੇ ਨੇ ਤਾਂ ਉੱਥੇ ਉਹਨਾਂ ਨੂੰ ਲਿੱਤਾ ਜਾ ਰਿਹਾ ਜੀ। ਸੋ ਆਈ ਥਿੰਕ ਇਹ ਰਿਕੁਆਇਰਮੈਂਟ ਦੀ ਗੱਲ ਹੈ ਮੈਨੂੰ ਲੱਗਦਾ। ਐਜ਼ ਐਨ ਐਕਟ੍ਰੈਸ ਤੁਸੀਂ ਆਪਣਾ ਡੈਬਿਊ ਕਰ ਚੁੱਕੇ ਹੋ, 28 ਦਸੰਬਰ ਨੂੰ ਉਹਦਾ ਰਿਜ਼ਲਟ ਵੀ ਆ ਜਾਣਾ ਹੈ, ਅਤੇ ਅੱਗੇ ਦੇ ਕੀ ਪਲਾਨਸ ਨੇਗੇ? ਅੱਗੇ ਵੀ ਫਿਲਮਾਂ ਦੇ ਨਾਲ ਤੁਸੀਂ ਜੁੜਨਾ ਚਾਹੋਗੇ ਜਾਂ ਫਿਰ ਗਾਣੇ ਵੀ ਤੁਹਾਡੀ ਪ੍ਰਾਇਓਰਿਟੀ ਰਹਿਣਗੇ ਕਿਉਂਕਿ ਤੁਹਾਡੀ ਸ਼ੁਰੂਆਤ ਮਾਡਲ ਤੋਂ ਹੋਈ ਸੀ? ਜੀ, ਮੂਵੀ ਜ਼ਰੂਰ ਮੈਂ ਕਰਨਾ ਚਾਹੂੰਗੀ, ਅਤੇ ਗਾਣਿਆਂ ਕਰਕੇ ਮੈਂ ਅੱਜ ਇੱਥੇ ਤੱਕ ਪਹੁੰਚੀ ਹਾਂ, ਜਾਂ ਮੈਨੂੰ ਉਹਨਾਂ ਗਾਣਿਆਂ ਨੂੰ ਵੇਖ ਕੇ ਜਿਹੜੇ ਮੇਰੇ ਵਿਊਜ਼ ਜਿਹੜੇ ਮੈਨੂੰ ਪਸੰਦ ਕਰਦੇ ਨੇ ਉਹਨਾਂ ਨੇ, ਮੈਂ ਕਰੂੰਗੀ। ਬਟ ਹਾਂ, ਇਹ ਜ਼ਰੂਰ ਮੇਰੀ ਕੋਸ਼ਿਸ਼ ਹੋਊਗੀ ਕਿ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਸੌਂਗ ਜਿੱਦਾਂ ਦੇ ਉਹ ਵੇਖਣਾ ਚਾਹੁੰਦੇ ਨੇ ਮੈਨੂੰ, ਮੈਂ ਉਹ ਕਰਾਂ। ਸੋ ਮੈਂ ਉੱਥੇ ਜ਼ਿਆਦਾ ਧਿਆਨ ਰੱਖੂੰਗੀ ਜੀ। ਜਦੋਂ ਇਹ ਤੁਹਾਡਾ ਟਾਈਟੈਨਿਕ ਦਾ ਪੋਸਟਰ ਦੁਆਰਾ ਰਿਲੀਜ਼ ਹੁੰਦਾ ਜਾਂ ਫਿਰ ਤੁਹਾਡੀਆਂ ਜਿਹੜੀਆਂ ਕੁਛ ਵੀਡੀਓਜ਼ ਨੇਗੀਆਂ ਤੁਸੀਂ ਯੂਟਿਊਬ ਦੇ ਉੱਪਰ ਅਪਲੋਡ ਕਰਦੇ ਹੋ ਜਾਂ ਤੁਹਾਡੇ ਟਿਕਟੋਕ ਅਸੀਂ ਬਹੁਤ ਦੇਖਦੇ ਹਾਂ, ਅਤੇ ਉਹਦੇ 'ਤੇ ਬਹੁਤ ਸਾਰੇ ਕਮੈਂਟਸ ਇੱਦਾਂ ਦੇ ਹੁੰਦੇ ਨੇ ਕਿ ਬਹੁਤ ਚੰਗਾ ਲੱਗਿਆ ਤੁਹਾਨੂੰ ਦੁਬਾਰਾ ਦੇਖ, ਤੁਸੀਂ ਉਹਨਾਂ ਦੇ ਉਹ ਪੜ੍ਹਦੇ ਹੋ ਕਮੈਂਟਸ ਉਹਨਾਂ ਦੇ, ਤੁਹਾਨੂੰ ਕੀ ਫੀਲ ਹੁੰਦਾ ਪੜ੍ਹ ਕੇ? ਬਹੁਤ ਹੀ ਜ਼ਿਆਦਾ ਅੱਛਾ ਲੱਗਦਾ। ਐਕਚੁਲੀ ਉਹੀ ਇੱਕ ਰੀਜ਼ਨ ਹੈ ਮੇਰਾ ਕਮਬੈਕ ਕਰਨ ਦਾ। ਜਦ ਮੈਂ ਨਹੀਂ ਸੀਗੀ ਤਦ ਮੈਂ ਦੇਖਦੀ ਜ਼ਰੂਰ ਰਹਿੰਦੀ ਸੀ, ਮੇਰੇ ਪੇਜ ਚੱਲਦੇ ਰਹਿੰਦੇ ਸੀ, ਮੈਂ ਪੜ੍ਹਦੀ ਹੁੰਦੀ ਸੀ, ਸਭ ਦਾ ਕਿਤੇ ਨਾ ਕਿਤੇ ਤੀਜਾ ਚੌਥਾ ਇਹੀ ਗੱਲ ਹੁੰਦੀ ਸੀ ਕਿ ਤੁਸੀਂ ਮੈਮ ਵਾਪਿਸ ਆ ਜਾਓ, ਵਾਪਿਸ ਆ ਜਾਓ। ਤਾਂ ਮੈਂ ਸੋਚਦੀ ਸੀ ਕਿ ਇੱਕ ਵਾਰ ਹੋ ਗਿਆ, ਦੋ ਵਾਰ ਹੋ ਗਿਆ, ਫਿਰ ਮੈਨੂੰ ਹੋਣ ਲੱਗ ਗਿਆ ਸੀ ਕਿ ਨਹੀਂ ਮੈਨੂੰ ਵਾਪਿਸ ਆਉਣਾ। ਸੋ ਇਹ ਬਹੁਤ ਮੈਟਰ ਕਰਦਾ ਕਿ ਜਿਹੜੇ ਤੁਸੀਂ ਕਮੈਂਟ ਮੈਂ ਦੇਖਦੀ ਹਾਂ, ਸਾਰੇ ਪੜ੍ਹਦੀ ਹਾਂ, ਸਭ ਦੀ ਸੁਣਦੀ ਹਾਂ। ਸੋ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਰੂਰੀ ਹੈ, ਉਹੀ ਐਕਚੁਲੀ ਮੈਨੂੰ ਮੋਟੀਵੇਟ ਕਰਦੇ ਨੇ ਜੀ ਐਕਚੁਲੀ ਜੀ। ਬਹੁਤ ਚੰਗੀ, ਤੁਸੀਂ ਪਰਫੋਰਮਰ ਹੋ, ਅਤੇ ਉਮੀਦ ਹੈ ਕਿ ਤੁਸੀਂ 28 ਦਸੰਬਰ ਨੂੰ ਜਦੋਂ ਤੁਹਾਡੀ ਫਿਲਮ ਟਾਈਟੈਨਿਕ ਰਿਲੀਜ਼ ਹੁੰਦੀ ਆ ਤਾਂ ਲੋਕ ਉਹ ਦੇਖ ਕੇ ਤੁਹਾਨੂੰ ਦੁਬਾਰਾ ਤੋਂ ਸਿਨੇਮਾ ਸਕਰੀਨ ਦੇ ਉੱਪਰ ਦੇਖਣ ਦੀ ਇੱਛਾ ਜਿਤਾਉਣ। ਅਤੇ ਮੈਂ ਚਾਹੂੰਗੀ ਕਿ ਜਾਂਦੇ ਜਾਂਦੇ ਨਿਊਜ਼ ਨੰਬਰ ਦੇ ਰਾਹੀਂ ਤੁਸੀਂ ਆਪਣਾ ਸੁਨੇਹਾ ਦੇ ਕੇ ਜਾਵੋ, ਇੱਕ ਤਾਂ ਟਾਈਟੈਨਿਕ ਫਿਲਮ ਦੇ ਲਈ ਅਤੇ ਦੂਸਰਾ ਤੁਹਾਡਾ ਕਮਬੈਕ ਹੋਇਆ। ਸਪੋਰਟ ਆਡੀਅੰਸ ਦੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਆਡੀਅੰਸ ਹੈਗੀ ਆ ਤਾਂ ਜੀ ਜੀ ਤੁਸੀਂ ਹੀਰੋ, ਨਹੀਂ ਤਾਂ ਫਿਰ ਤੁਸੀਂ ਜ਼ੀਰੋ ਹੋ ਜਾਂਦੇ ਹੋ। ਅਤੇ ਜ਼ਰੂਰ ਕੁਛ ਕਹਿ ਕੇ ਜਾਵੋ। ਸੋ ਮੈਂ ਬਸ ਇਹੀ ਕਹੂੰਗੀ ਕਿ ਸਾਡੀ ਹੁਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀ ਮੂਵੀ 28 ਦਸੰਬਰ ਨੂੰ ਆ ਰਹੀ ਹੈ। ਸੋ ਉਹਦੇ ਲਈ ਮਾਫੀ ਚਾਹਾਂਗੇ ਕਿ ਪਹਿਲਾਂ ਸਾਡੀ 21 ਦਸੰਬਰ ਨੂੰ ਆਉਣੀ ਸੀਗੀ ਅਤੇ ਕੁਛ ਪ੍ਰੋਬਲਮਸ ਕਰਕੇ ਸਾਨੂੰ 28 ਨੂੰ ਹੁਣ ਰਿਲੀਜ਼ ਕਰਨੀ ਪੈ ਰਹੀ ਹੈ। ਸੋ ਅਸੀਂ ਇਹੀ ਚਾਹਾਂਗੇ ਤੁਸੀਂ ਸਾਰੇ ਮੂਵੀ ਦੇਖੋ ਜਾ ਕੇ, ਬਹੁਤ ਹੀ ਸੋਹਣੀ ਮੂਵੀ ਬਣਾਈ ਹੈ ਅਤੇ ਇੱਕ ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ। ਜੇ ਤੁਸੀਂ ਜਾਓਗੇ ਵੇਖੋਗੇ ਤਾਂ ਸ਼ਾਇਦ ਇਹੋ ਜਿਹੀ ਮੂਵੀਜ਼ ਹੋਰ ਬਣਨਗੀਆਂ, ਕਿਉਂਕਿ ਇਹ ਹੋਰ ਮੂਵੀਜ਼ ਨਾਲੋਂ ਬਿਲਕੁਲ ਹਟ ਕੇ ਬਣੀ ਹੈ, ਜਿਵੇਂ ਕਿ ਅੱਜ ਕੱਲ੍ਹ ਆਪਣੇ ਪੰਜਾਬੀ ਕੌਮੇਡੀ ਦੇ ਦੌਰ 'ਚ ਚੱਲ ਰਿਹਾ। ਸੋ ਇਹ ਉਸ ਤੋਂ ਬਿਲਕੁਲ ਹੀ ਅਲੱਗ ਮੂਵੀ ਬਣਾਈ ਗਈ ਹੈ ਅਤੇ ਕੌਮੇਡੀ ਵੀ ਮਿਲੇਗੀ ਬਟ ਹਾਂਜੀ ਸਿਚੁਏਸ਼ਨਲ। ਸੋ ਮੈਂ ਇਹ ਚਾਹੂੰਗੀ ਤੁਸੀਂ ਸਾਰੇ ਮੂਵੀ ਦੇਖੋ ਅਤੇ ਤੁਹਾਡੀ ਸਪੋਰਟ ਕਰਕੇ ਅੱਜ ਮੈਂ ਇੱਥੇ ਹਾਂ, ਬੈਠੀ ਹਾਂ ਤੁਹਾਡੇ ਸਾਹਮਣੇ, ਅਤੇ ਇੱਦਾਂ ਹੀ ਤੁਸੀਂ ਪਲੀਜ਼ ਸਪੋਰਟ ਕਰਦੇ ਰਹੋ। ਥੈਂਕ ਯੂ ਸੋ ਮਚ। ਚਾਹੂੰਗੀ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਕਿਉਂਕਿ ਬਹੁਤ ਟਾਈਮ ਬਾਅਦ ਇੰਟਰਵਿਊ ਦੇ ਵਿੱਚ ਮੈਨੂੰ ਲੱਗਿਆ ਵੀ ਪੰਜਾਬ ਦੀ ਕਿਸੇ ਕੁੜੀ ਨਾਲ ਗੱਲ ਕਰ ਰਹੇ ਹੋ। ਮੈਂ ਜੀ ਚੰਡੀਗੜ੍ਹ ਇੱਥੇ ਬੌਨ ਪਟਪ ਇੱਥੋਂ ਹੀ ਹਾਂ ਅਤੇ ਉੱਦਾਂ ਮੈਂ ਸੰਗਰੂਰ ਤੋਂ ਬਿਲੋਂਗ ਕਰਦਾ। ਜੀ, ਥੈਂਕ ਯੂ ਸੋ ਮਚ ਮੈਮ, ਤੁਸੀਂ ਆਪਣਾ ਟਾਈਮ ਦਿੱਤਾ ਐਂਡ ਵੀ ਵਿਸ਼ ਯੂ ਗੁੱਡ ਲੱਕ। ਥੈਂਕ ਯੂ ਸੋ ਮਚ ਇਸ ਫਿਲਮ ਦੇ ਲਈ ਵੀ ਅਤੇ ਫਰਦਰ ਜਿੰਨੇ ਤੁਹਾਡੇ ਪ੍ਰੋਜੈਕਟਸ ਹੋਣਗੇ ਉਹਨਾਂ ਦੇ ਲਈ ਵੀ ਬਹੁਤ ਮਿਹਰਬਾਨੀ। ਥੈਂਕ ਯੂ। ਥੈਂਕ ਯੂ ਦੋਸਤੋ। ਇਹ ਸਨ ਸਾਡੇ ਨਾਲ ਐਕਟਰੈਸ ਮਾਡਲ ਕਮਲ ਖੰਗੂੜਾ ਹੋਰੀ, ਜਿਨ੍ਹਾਂ ਨੂੰ ਤੁਸੀਂ ਸਿਨੇਮਾ ਸਕਰੀਨ 'ਤੇ ਦੇਖੋਗੇ 28 ਦਸੰਬਰ ਨੂੰ। ਫਿਲਮ ਇਹਨਾਂ ਦੀ ਪਹਿਲੀ ਰਿਲੀਜ਼ ਹੋ ਰਹੀ ਹੈ ਟਾਈਟੈਨਿਕ, ਜਿਨ੍ਹਾਂ ਨੂੰ ਡਾਇਰੈਕਟ ਕੀਤਾ ਰਵੀ ਪੁੰਜ ਹੋਰਾਂ ਨੇ, ਅਤੇ ਸਾਡੇ ਵਾਲੇ ਰਾਜ ਸਿੰਘ ਝਿੰਜਰ ਹੋਰੀ ਵੀ ਤੁਹਾਨੂੰ ਬਤੌਰ ਮੁੱਖ ਅਦਾਕਾਰ ਇਸ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਬੇਰੁਜ਼ਗਾਰੀ ਦੇ ਉੱਪਰ ਇਹ ਫਿਲਮ ਹੈ ਅਤੇ ਕਿਵੇਂ ਸਾਡੀ ਪੰਜਾਬੀ ਦੀ ਟਾਈਟੈਨਿਕ ਹਾਲੀਵੁੱਡ ਦੀ ਟਾਈਟੈਨਿਕ ਤੋਂ ਅਲੱਗ ਬਣੀ ਹੈ, ਅਤੇ ਇਹ ਆਪਾਂ ਸਿਨੇਮਾ ਘਰਾਂ ਦੇ ਵਿੱਚ ਵੇਖਣ ਲਈ ਜ਼ਰੂਰ ਪਹੁੰਚਾਂਗੇ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ। ਰੱਬ ਰੱਖਾ।